ਪੰਜਾਬ ਤੋਂ ਨਿਊਜ਼ੀਲੈਂਡ ਦੀ ਫੇਰੀ 'ਤੇ ਆਏ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਅੱਜ ਆਕਲੈਂਡ ਦੇ ਵਿੱਚ ਭਾਰਤੀ ਅਤੇ ਪੰਜਾਬੀ ਕਮਿਊਨਿਟੀ ਵੱਲੋਂ ਖਾਸ ਸਨਮਾਨ ਕੀਤਾ ਗਿਆ। 2 ਡਿਗਰੀ ਤੋਂ ਸਿਮਰਨ ਬੋਪਾ ਰਾਏ ਅਤੇ ਪਾਲ ਪ੍ਰੋਡਕਸ਼ਨ ਤੋਂ ਹਰਪਾਲ ਸਿੰਘ ਲੋਹੀ ਵੱਲੋਂ ਅੱਜ ਦਾ ਇਹ ਖਾਸ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੇ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਕਵਲਜੀਤ ਸਿੰਘ ਬਖਸ਼ੀ ਵੀ ਉਚੇਚੇ ਤੌਰ ਦੇ ਉੱਤੇ ਪਹੁੰਚੇ। ਇਸ ਮੌਕੇ ਫਗਵਾੜਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ ਵੀ ਉਚੇਚੇ ਤੌਰ ਦੇ ਉੱਤੇ ਸ਼ਾਮਲ ਹੋਏ। ਪੰਜਾਬੀ ਮੀਡੀਆ ਅਤੇ ਕਾਰੋਬਾਰੀ ਭਾਈਚਾਰੇ ਵੱਲੋਂ ਅੱਜ ਬਲਵਿੰਦਰ ਸਿੰਘ ਧਾਲੀਵਾਲ ਦਾ ਸਨਮਾਨ ਕਰਦਿਆਂ ਉਹਨਾਂ ਨੂੰ ਨਿਊਜ਼ੀਲੈਂਡ ਦੇ ਕੁਝ ਖਾਸ ਚਿੰਨ੍ਹ ਵੀ ਭੇਟ ਕੀਤੇ ਗਏ। ਇਸ ਮੌਕੇ ਬਲਵਿੰਦਰ ਸਿੰਘ ਧਾਲੀਵਾਲ ਨੇ ਨਿਊਜ਼ੀਲੈਂਡ 'ਚ ਵੱਸਦੀ ਭਾਰਤੀ ਕਮਿਊਨਿਟੀ ਦਾ ਧੰਨਵਾਦ ਕਰਦਿਆਂ ਆਪਣੇ ਰਾਜਨੀਤਿਕ ਜੀਵਨ ਉੱਤੇ ਵੀ ਕੁਝ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ। ਸਭ ਤੋਂ ਪਹਿਲਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਔਰ ਇੱਥੇ ਆ ਕੇ ਆਪ ਸਭ ਦੇ ਮੈਂ ਦਰਸ਼ਨ ਕਰ ਸਕਿਆ। ਜਿਸ ਤਰ੍ਹਾਂ ਕਿ ਸਾਨੂੰ ਇੱਕ ਹਫ਼ਤਾ ਲਗਭਗ ਇੱਥੇ ਆਇਆ ਨੂੰ ਹੋ ਗਿਆ ਹੈਗਾ ਔਰ ਮੈਂ ਨਿਊਜ਼ੀਲੈਂਡ ਦੇਖੇ ਪਹਿਲੀ ਵਾਰੀ ਫਸਟ ਟਾਈਮ ਮੇਰੀ ਫਸਟ ਵਿਜ਼ਿਟ ਹੈਗੀ ਔਰ ਨਿਊਜ਼ੀਲੈਂਡ ਵਿੱਚ ਆ ਕੇ ਜਿੱਥੇ ਦੇਖਿਆ ਕਿ ਇੱਥੇ ਨੈਚੁਰਲ ਬਿਊਟੀ ਬਹੁਤ ਹੈ, ਉਸਦੇ ਨਾਲ ਇਹ ਵੀ ਦੇਖਣ ਪਾਇਆ ਵੀ ਬਾਕੀ ਕੰਟਰੀ ਦੇ ਮੁਕਾਬਲੇ ਜਿੰਨਾ ਸਾਡਾ ਪੰਜਾਬੀ ਭਾਈਚਾਰੇ ਸਾਡੇ ਜਿੰਨੇ ਵੀ ਹੈਗੇ ਪਰਿਵਾਰ ਹੈਗੇ ਨੇ ਉਹਨਾਂ 'ਚ ਵੀ ਜਿਸ ਤਰ੍ਹਾਂ ਨੈਚੁਰਲ ਬਿਊਟੀ ਉਸੇ ਤਰ੍ਹਾਂ ਇਹਨਾਂ ਦੇ ਦਿਲਾਂ 'ਚ ਵੀ ਨੈਚੁਰਲ ਬਿਊਟੀ ਹੈਗੀ ਹੈ, ਕਿਉਂਕਿ ਜਿੰਨਾ ਇੱਥੇ ਪਿਆਰ ਮਿਲਿਆ ਹੈਗਾ ਪਿਛਲੇ ਹਫ਼ਤੇ ਦੇ ਵਿੱਚ ਉਹਨਾਂ ਮੇਰੇ ਕੋਲ ਦੂਸਰੇ ਕੰਟਰੀ ਦੇ ਵਿੱਚ ਕਦੇ ਨਹੀਂ ਮਿਲਿਆ ਹੈਗਾ। ਇਸ ਵਾਸਤੇ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਮੈਨੂੰ ਇੱਥੇ ਆ ਕੇ ਆਪਦਾ ਇੰਨਾ ਪਿਆਰ ਨਹੀਂ ਮਿਲਿਆ ਹੈਗਾ। ਜਿਸ ਤਰ੍ਹਾਂ ਕਿ ਸਭ ਜਾਣਦੇ ਹੈਗੇ ਕਿ ਬੇਸਿਕਲੀ ਆਪਾਂ ਸਾਰੇ ਇੰਡੀਅਨਸ ਹੈਗੇ ਨੇ ਔਰ ਉਸ ਤੋਂ ਪੰਜਾਬੀ ਹੈਗੇ ਨੇ ਸਾਰੇ, ਤੋ ਤੁਸੀਂ ਜਾਣੀ ਕਿ ਸਾਡੇ ਦੇਸ਼ ਦੀ ਅਤੇ ਸਾਡੇ ਪੰਜਾਬ ਦੇ ਤਰੱਕੀ ਵਿੱਚ ਪਿਛਲੇ ਬਹੁਤ ਸਾਲਾਂ ਤੋਂ ਜਿਹੜਾ ਹੈਗਾ ਉਹ ਬਹੁਤ ਵੱਡਾ ਅਹਿਮ ਯੋਗਦਾਨ ਪਾ ਰਿਹਾ। ਜਿੱਥੇ ਤੁਸੀਂ ਪਿਆਰ ਦਾ ਸੁਨੇਹਾ ਲੈ ਕੇ ਜਾਂਦੇ ਉੱਥੇ ਹੀ ਪੰਜਾਬ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਤੁਸੀਂ ਡਿਵੈਲਪਮੈਂਟ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈਗਾ ਉੱਥੇ ਹੀ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰ ਬਚ ਵੀ ਦਿੱਤਾ, ਕਿਉਂਕਿ ਜੇਕਰ ਆਪਾਂ ਉੱਧਰ ਲਾਈਏ ਤਾਂ ਇਕੱਲੇ ਜਿਹੜੇ ਅਸੀਂ ਉੱਧਰ ਰੈਜੀਡੈਂਟਸ ਹੈਗੇ ਉਹਨਾਂ ਦੇ ਬਸ ਦਾ ਰੋਲ ਨਹੀਂ ਹੈਗਾ, ਪਰ ਜਦੋਂ ਤੁਹਾਡਾ ਪਿਆਰ ਮਿਲਦਾ ਪਾਪੂਲੇਸ਼ਨ ਮਿਲਦੀ ਹੈ ਤਾਂ ਤੁਸੀਂ ਜਿੱਥੇ ਡਿਵੈਲਪਮੈਂਟ ਕੀਤੀ ਹੈਗੀ ਉੱਥੇ ਹੀ ਲੋਕਾਂ ਦੇ ਦੁੱਖ ਤਕਲੀਫ ਦੂਰ ਕਰਨ ਵਾਸਤੇ ਵੀ ਕਿਸੇ ਦਾ ਕੋਈ ਓਪਰੇਟ ਕਰਨਾ ਹੁੰਦਾ ਜਾਂ ਕਿਸੇ ਦਾ ਆਪਾਂ ਐਨ ਜੀ ਓ ਦੇ ਤੌਰ 'ਤੇ ਸਹਾਇਤਾ ਕਰਦੇ ਹੋ ਔਰ ਵੱਖ ਵੱਖ ਐਨ ਜੀ ਓ ਦੇ ਵਿੱਚ ਤੁਹਾਡਾ ਆਪਦਾ ਸੰਬੰਧ ਹੈਗਾ। ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਨੀ ਚਾਹੀਦੀ, ਕਿਉਂਕਿ ਬੇਸਿਕਲੀ ਜਿਸ ਤਰ੍ਹਾਂ ਬਖਸ਼ੀ ਸਾਹਿਬ ਨੇ ਦੱਸਿਆ ਕਿ ਮੇਰੀ ਪੋਲੀਟੀਕਲ ਬੈਕਗਰਾਊਂਡ ਨਹੀਂ ਹੈਗੀ, ਮੈਂ ਪਹਿਲਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਰਿਹਾ ਹੈਗਾ ਔਰ 1992 ਤੋਂ ਲੱਗ ਕੇ ਮੈਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਨੌਕਰੀ ਕਰਨ ਦਾ ਮੌਕਾ ਮਿਲਿਆ ਹੈਗਾ ਔਰ ਭਾਰਤ ਮੰਤਰੀ ਵਿੱਚੋਂ ਰਿਟਾਇਰਮੈਂਟ ਲੈ ਕੇ ਕਾਂਗਰਸ ਦੀ ਟਿਕਟ ਤੋਂ ਮੈਂ ਇਲੈਕਸ਼ਨ 2022 ਲੜੀ ਸੀ ਅਤੇ ਉਹ ਸੈਕਿੰਡ ਟਾਈਮ ਫਿਰ ਜਿਹੜਾ ਹੈਗਾ 2022 'ਚ ਜਦੋਂ ਇਲੈਕਸ਼ਨ ਹੋਈ ਹੈ ਔਰ ਲੋਕਾਂ ਦੇ ਪਿਆਰ ਦੇ ਨਾਲ ਲੋਕਾਂ ਦੇ ਮੈਂ ਆਸ਼ੀਰਵਾਦ ਦੇ ਨਾਲ ਦੁਬਾਰਾ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਔਰ ਕੋਸ਼ਿਸ਼ ਕਰੀ ਦੀ ਹੈ ਕਿ ਲੋਕਾਂ ਦੇ ਜੋ ਵੀ ਦੁੱਖ ਤਕਲੀਫ ਹੋਣ ਦੂਰ ਕਰਨ ਦੀ ਕੋਸ਼ਿਸ਼ ਕਰਦੀ, ਕਿਉਂਕਿ ਮੇਰੀ ਆਦਤ ਹੁੰਦੀ ਹੈ ਅਤੇ ਮੈਂ ਔਫਿਸ ਦੇ ਵਿੱਚ 9:15 ਵਜੇ ਔਫਿਸ ਪਹੁੰਚ ਜਾਈਦਾ ਸੀਗਾ, ਇੱਥੇ ਵੀ ਹੈਗਾ 9:15 ਵਜੇ ਆਪਦੇ ਘਰ ਬੈਠ ਜਾ ਜੋ ਲੋਕਾਂ ਦੀ ਸੇਵਾ ਕਰ ਸਕਦਾ ਤੁਹਾਡੀ ਦੁੱਖ ਤਕਲੀਫ ਦੂਰ ਕਰ ਸਕੇ। ਕਦੇ ਵੀ ਕੋਈ ਆਦਮੀ ਆਉਂਦਾ ਹੈਗਾ ਤਾਂ ਤੁਹਾਡੇ ਕੋਲ ਬੜੀ ਆਸ ਲੈ ਕੇ ਹੁੰਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੀ ਤਕਲੀਫ ਸੁਣ ਕੇ ਦੂਰ ਕਰਨੀ ਚਾਹੀਦੀ ਔਰ ਇਹਦੇ ਵਿੱਚ ਇਹ ਨਹੀਂ ਦੇਖਣਾ ਚਾਹੀਦਾ ਵੀ ਮੈਂ ਤਾਂ ਪ੍ਰਧਾਨ ਸਾਹਿਬ ਦੇ ਭਾਰਤ ਸਾਹਿਬ ਹੈਗੇ ਨੇ ਤੋ
ਜਾਣਦੇ ਹਾਂ ਕਿ ਅਸੀਂ ਜਦੋਂ ਵੀ ਇਹਨਾਂ ਕੋਲ ਸਾਡਾ ਜਦੋਂ ਕਦੇ ਘਰ ਵੀ ਬੈਠੇ ਹੋਈਏ ਤਾਂ ਅਸੀਂ ਇਹ ਨਹੀਂ ਦੇਖੀਦਾ ਵੀ ਇਹ ਅਕਾਲੀ ਦਲ ਤੋਂ ਆਇਆ ਜਾਂ ਬੀਜੇਪੀ ਤੋਂ ਆਇਆ, ਕਿਉਂਕਿ ਸਾਡਾ ਫਗਵਾੜੇ ਵਿੱਚ ਆਪਸੀ ਭਾਈਚਾਰਾ ਬਹੁਤ ਹੈਗਾ। ਬੀਜੇਪੀ ਨਾਲ ਵੀ ਓਨਾ ਹੀ ਪਿਆਰ ਹੈਗਾ, ਅਕਾਲੀ ਦਲ ਨਾਲ ਵੀ ਹੈਗਾ, ਦੂਸਰੀ ਪਾਰਟੀਆਂ ਨਾਲ ਵੀ ਹੈਗਾ। ਤਾਂ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ, ਕਈ ਵਾਰੀ ਦੇਸ਼ ਵਿੱਚ ਜਾਂ ਸਾਡੇ ਸੂਬੇ ਵਿੱਚ ਵੀ ਕਈ ਵਾਰੀ ਪੋਲੀਟੀਕਲ ਜਿਹੜਾ ਲੈਵਲ ਹੈਗਾ ਉਹ ਇੰਨਾ ਲੋਅਸਟ ਲੈਵਲ 'ਤੇ ਚਲਾ ਜਾਂਦਾ ਕਿ ਮਨ ਨੂੰ ਦੁੱਖ ਹੁੰਦਾ ਹੈ ਕਿ ਸਾਨੂੰ ਨਹੀਂ ਹੋਣਾ ਚਾਹੀਦਾ। ਸਾਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਉਹਨਾਂ ਦੇ ਦੱਸੇ ਰਸਤੇ 'ਤੇ ਚੱਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ।